ਪੰਪ ਤੋਂ ਤੇਲ ਪਵਾ ਕੇ ਨਿਕਲੇ ਬਾਈਕ ਸਵਾਰ ਨੂੰ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਬਾਈਕ ਸਵਾਰ ਜਦੋਂ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਜਿਵੇਂ ਹੀ ਬਾਈਕ ਸਵਾਰ ਗਿਰਦਾ ਹੈ ਤਾਂ ਉਸਦਾ ਸਿਰ ਜੋ ਹੈ ਕੋਹੜੀ ਫੁੱਟਪਾਥ ਦੇ ਵਿੱਚ ਜਾ ਵੱਜਦਾ, ਜਿਸ ਦੇ ਕਾਰਨ ਉਸਦੇ ਸਿਰ 'ਚ ਡੂੰਘੀ ਸੱਟ ਲੱਗਦੀ ਹੈ ਅਤੇ ਮੌਕੇ 'ਤੇ ਹੀ ਉਸਦੀ ਜਾਨ ਚਲੀ ਜਾਂਦੀ ਹੈ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਦੇ ਕੋਲ ਹੋਇਆ, ਜਿੱਥੇ ਕਿ ਪੰਪ ਤੋਂ ਤੇਲ ਪਵਾ ਕੇ ਨਿਕਲੇ ਬਾਈਕ ਸਵਾਰ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਜੋ ਟਰਾਲੇ ਦਾ ਚਾਲਕ ਸੀ ਟਰਾਲੇ ਸਮੇਤ ਹੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਹੁਣ ਮੌਕੇ ਦੇ ਉੱਤੇ ਪਹੁੰਚੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਆਲੇ ਦੁਆਲੇ ਲੱਗੀ CCTV ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ, ਪਰੰਤੂ ਹਾਲੇ ਤੱਕ ਟਰਾਲੇ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਤਾਂ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਾਈਕ ਸਵਾਰ ਨੂੰ ਟਰਾਲੇ ਨੇ ਕੁਚਲ ਦਿੱਤਾ ਹੈ ਅਤੇ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਐਕਸੀਡੈਂਟ ਹੋਇਆ ਇੱਥੇ ਜੀ, ਅਤੇ ਇਹ ਮੁੰਡਾ ਪੈਟਰੋਲ ਪੰਪ ਤੋਂ ਤੇਲ ਪਾ ਕੇ ਕਿਤੇ ਨਿਕਲਿਆ ਜੀ, ਉੱਧਰੋਂ ਟਰੱਕ ਆ ਰਿਹਾ ਇੱਧਰ ਸਾਈਡ ਦੇ ਉੱਤੇ ਜੀ, ਉਹਦੀ ਸਾਈਡ ਵੱਜੀ ਆ, ਉਹ ਇੱਥੇ ਥੜੀ ਜਾਣ ਕੇ ਵੱਜਿਆ ਵਾ ਜੀ, ਜਿਹਦੀ ਮੌਕੇ ਦੇ ਉੱਤੇ ਸਰ ਟਰੱਕ ਦਾ ਕੋਈ ਨੰਬਰ ਜਾਂ ਕੋਈ ਟਰੱਕ ਨਹੀਂ ਪਤਾ ਲੱਗਾ? ਨੰਬਰ ਤਾਂ ਅਜੇ ਕੋਈ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ, ਵੈਰੀਫਾਈ ਕਰਦੇ ਹਾਂ ਅਗਾਂਹ, ਦੇਖਦੇ ਹਾਂ ਕਿਤੇ ਨਾ, ਅਤੇ ਉਹਦੇ ਬਾਰੇ ਪਤਾ ਕਰਦੇ ਹਾਂ, ਟਰੱਕ ਬਾਰੇ ਅਜੇ ਕੋਈ ਪਤਾ ਨਹੀਂ। ਸਰ ਕੀ ਨਾਮ ਹੈਗਾ ਜੀ? ਮ੍ਰਿਤਕ ਦਾ? ਮ੍ਰਿਤਕ ਦਾ ਨਾਂ ਹੈ ਵੀਰੂ ਆ, ਇਹਦਾ ਨਾਮ ਮੁੰਡੇ। ਪੰਪ ਤੋਂ ਤੇਲ ਪਵਾ ਕੇ ਨਿਕਲੇ ਬਾਈਕ ਸਵਾਰ ਨੂੰ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਬਾਈਕ ਸਵਾਰ ਜਦੋਂ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਤਾਂ ਪਿੱਛੋਂ ਦੀ ਆ ਰਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਅਤੇ ਜਿਵੇਂ ਹੀ ਬਾਈਕ ਸਵਾਰ ਗਿਰਦਾ ਹੈ ਤਾਂ ਉਸਦਾ ਸਿਰ ਜੋ ਹੈ ਕੋਹੜੀ ਫੁੱਟਪਾਥ ਦੇ ਵਿੱਚ ਜਾ ਵੱਜਦਾ, ਜਿਸ ਦੇ ਕਾਰਨ ਉਸਦੇ ਸਿਰ 'ਚ ਡੂੰਘੀ ਸੱਟ ਲੱਗਦੀ ਹੈ ਅਤੇ ਮੌਕੇ 'ਤੇ ਹੀ ਉਸਦੀ ਜਾਨ ਚਲੀ ਜਾਂਦੀ ਹੈ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸਾ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਦੇ ਕੋਲ ਹੋਇਆ, ਜਿੱਥੇ ਕਿ ਪੰਪ ਤੋਂ ਤੇਲ ਪਵਾ ਕੇ ਨਿਕਲੇ ਬਾਈਕ ਸਵਾਰ ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਜੋ ਟਰਾਲੇ ਦਾ ਚਾਲਕ ਸੀ ਟਰਾਲੇ ਸਮੇਤ ਹੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਹੁਣ ਮੌਕੇ ਦੇ ਉੱਤੇ ਪਹੁੰਚੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਆਲੇ ਦੁਆਲੇ ਲੱਗੀ CCTV ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ, ਪਰੰਤੂ ਹਾਲੇ ਤੱਕ ਟਰਾਲੇ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਤਾਂ ਜਲੰਧਰ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਬਾਈਕ ਸਵਾਰ ਨੂੰ ਟਰਾਲੇ ਨੇ ਕੁਚਲ ਦਿੱਤਾ ਹੈ ਅਤੇ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਮਾਮਲਾ ਇਹ ਐਕਸੀਡੈਂਟ ਹੋਇਆ ਇੱਥੇ ਜੀ, ਅਤੇ ਇਹ ਮੁੰਡਾ ਪੈਟਰੋਲ ਪੰਪ ਤੋਂ ਤੇਲ ਪਾ ਕੇ ਕਿਤੇ ਨਿਕਲਿਆ ਜੀ, ਉੱਧਰੋਂ ਟਰੱਕ ਆ ਰਿਹਾ ਇੱਧਰ ਸਾਈਡ ਦੇ ਉੱਤੇ ਜੀ, ਉਹਦੀ ਸਾਈਡ ਵੱਜੀ ਆ, ਉਹ ਇੱਥੇ ਥੜੀ ਜਾਣ ਕੇ ਵੱਜਿਆ ਵਾ ਜੀ, ਜਿਹਦੀ ਮੌਕੇ ਦੇ ਉੱਤੇ ਸਰ ਟਰੱਕ ਦਾ ਕੋਈ ਨੰਬਰ ਜਾਂ ਕੋਈ ਟਰੱਕ ਨਹੀਂ ਪਤਾ ਲੱਗਾ? ਨੰਬਰ ਤਾਂ ਅਜੇ ਕੋਈ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ, ਵੈਰੀਫਾਈ ਕਰਦੇ ਹਾਂ ਅਗਾਂਹ, ਦੇਖਦੇ ਹਾਂ ਕਿਤੇ ਨਾ, ਅਤੇ ਉਹਦੇ ਬਾਰੇ ਪਤਾ ਕਰਦੇ ਹਾਂ, ਟਰੱਕ ਬਾਰੇ ਅਜੇ ਕੋਈ ਪਤਾ ਨਹੀਂ। ਸਰ ਕੀ ਨਾਮ ਹੈਗਾ ਜੀ? ਮ੍ਰਿਤਕ ਦਾ? ਮ੍ਰਿਤਕ ਦਾ ਨਾਂ ਹੈ ਵੀਰੂ ਆ, ਇਹਦਾ ਨਾਮ ਮੁੰਡੇ ਦਾ। ਵੀਰੂ ਗੌਤਮ ਆ, ਵੀਰੂ ਗੌਤਮ।